ਇੱਥੋਂ ਸਕੇਲ ਤੋਂ ਆਪਾਂ ਨਿਕਲ ਗਏ ਹਾਂ। ਹੁਣ ਜਿਹੜਾ ਸਿੱਧਾ ਸਿੱਧਾ ਰੋਡ ਆ ਉਹਦੀ ਮੈਂ ਵੀਡੀਓ ਬਣਾਉਂਦਾ ਹਾਂ ਟਾਈਮ ਲੈਪਸੀ ਦੇ ਵਿੱਚ, ਤਾਂ ਇੰਜੋਏ ਕਰਿਓ ਸਾਰੇ ਜਾਣੇ। ਹਾਂਜੀ, ਟਾਈਮ ਲੈਪਸੀ ਦੀ ਵੀਡੀਓ ਤੋਂ ਬਾਅਦ ਹੁਣ ਆਪਾਂ ਕੰਟੀਨਿਊ ਕਰਦੇ ਹਾਂ ਵੀਡੀਓ ਨੂੰ। ਅਤੇ ਆਹ ਹੁਣ ਸਨੋਅ ਸ਼ੈੱਡ ਆ ਗਏ ਆ, ਟਨਲ ਵੀ ਕਹਿ ਦਿੰਦੇ ਆ ਸਨੋਅ ਸ਼ੈੱਡ, ਇਹ ਜਿੱਦਾਂ ਪਹਾੜਾਂ ਦੇ ਹਨ ਪੈਰਾਂ ਦੇ ਵਿੱਚ ਬਣਾਈਆਂ ਸ਼ੈੱਡਾਂ ਜਿਹੀਆਂ, ਵੀ ਜੇ ਜ਼ਿਆਦਾ ਸਨੋਅ ਪਵੇ ਤਾਂ ਰਸਤੇ ਦੇ ਵਿੱਚ ਨਾ ਆਵੇ, ਇਹਦੇ ਸ਼ੈੱਡ ਦੇ ਉੱਪਰ ਦੇ ਹੋ ਕੇ ਸਿੱਧੀ ਥੱਲੇ ਖੱਡ 'ਚ ਨੂੰ ਸਨੋਅ ਚੱਲ ਜਾਵੇ। ਪਰ ਜਦੋਂ ਜ਼ਿਆਦਾ ਹੋ ਜਾਂਦੀ ਆ ਫਿਰ ਸ਼ੈੱਡਾਂ ਤੋਂ ਵੀ ਨਹੀਂ ਸਾਂਭ ਹੁੰਦੀ, ਤਾਂ ਉਹ ਫਿਰ ਥੱਲੇ ਦੋਨੇ ਪਾਸੇ ਰੋਡ ਦੇ ਉੱਤੇ ਡਿੱਗ ਪੈਂਦੀ, ਤਾਂ ਫਿਰ ਹਾਈਵੇ ਬਲੌਕ ਹੋ ਜਾਂਦਾ ਆ। ਮਾੜੀ ਮਾੜੀ ਬਾਰਿਸ਼ ਵੀ ਸ਼ੁਰੂ ਹੋ ਗਈ ਆ, ਦੋ ਨੰਬਰ ਸ਼ੈੱਡ ਆ ਗਈ ਆ ਜੀ। ਆ ਗਈ ਆ ਤਿੰਨ ਨੰਬਰ, ਸਨੋਹ ਸਾਹਮਣੇ ਤਾਜ਼ੀ ਪਈ ਹੋ ਆ ਜੀ ਪਹਾੜੀ ਦੇ ਉੱਪਰ, ਜਿਹੜੀ ਦਿਸਦੀ ਆ ਪਹਾੜੀ। ਪੁਰਾਣੀ ਵੀ ਫੁਰੀ ਜਾਂਦੀ ਆ, ਹਰੇਕ ਪਹਾੜ ਦੇ ਵਿੱਚੋਂ ਨਿੱਕੇ ਨਿੱਕੇ ਵੱਡੇ ਛੋਟੇ ਤਾਂ ਕਾਫੀ ਗਿਣਤੀ ਦੇ ਵਿੱਚ ਝਰਨੇ ਵਗਣ ਡਏ ਆ। ਆ ਗਏ ਸਨੋਹ ਸ਼ੈੱਡ ਚਾਰ ਨੰਬਰ, ਆ ਖੜ੍ਹੇ ਮੋਟਰਸਾਈਕਲਾਂ ਵਾਲੇ ਗੇੜੀਆਂ ਲਾਉਂਦੇ ਪਹਾੜਾਂ 'ਚ। ਮੀਂਹ ਦਾ ਤਾਂ ਪਹਾੜੀ ਦੇ ਵਿੱਚ ਇੱਕ ਮਿੰਟ ਦਾ ਨਹੀਂ ਪਤਾ ਕਦੋਂ ਪੈਣ ਲੱਗ ਪੈਣਾ, ਕਦੋਂ ਹਟ ਜਾਣਾ ਆ। ਬੀਸੀ ਦੇ ਵਿੱਚ ਤਾਂ ਜ਼ਿਆਦਾਤਰ ਪੈਂਦਾ ਰਹਿੰਦਾ ਗਰਮੀਆਂ 'ਚ ਮੀਂਹ, ਸਿਆਲਾਂ 'ਚ ਵੀ ਇੱਦਾਂ ਪੈਂਦਾ ਰਹਿੰਦਾ ਸਨੋਹ ਕਦੇ ਮੀਂਹ। ਐਤਕੀ ਤਾਂ ਸਨੋਹ ਬੜੀ ਪਈ ਸਾਰੇ ਬੀਸੀ ਦੇ ਵਿੱਚ। ਅਤੇ ਪੰਜ ਨੰਬਰ ਸ਼ੈੱਡ ਆ ਗਈ ਹੈ ਜੀ ਹੁਣ, ਜਾ
ਜ਼ਿਆਦਾ ਮੀਂਹ ਪੈਂਦਾ ਉਦੋਂ ਵੀ ਥੋੜ੍ਹਾ ਜਿਹਾ ਫਿਰ ਰੋਡ ਸਲਿਪਰੀ ਸਲਿਪਰੀ ਆ, ਮੀਂਹ ਦੇ ਵਿੱਚ ਵੀ ਹੋ ਜਾਂਦਾ ਆ, ਆਏ ਵੇਲੇ ਟਾਇਰ ਫਿਰ ਅੜਦੇ ਨਹੀਂ ਸੜਕ ਦੇ ਉੱਤੇ ਟਰੱਕ ਦੇ। ਕੰਟਰੋਲ ਜਿਹਾ ਰੱਖ ਕੇ ਫਿਰ ਉਸ ਹਿਸਾਬ ਨਾਲ ਸਾਰੇ ਡਰਾਈਵਰ ਆਪਣੇ ਵੀਰ ਡਰਾਈਵ ਕਰਦੇ ਰਹਿੰਦੇ ਆ। ਫੋਰ ਲੇਨ ਬਣਾਉਣ ਲੱਗੇ ਹੋ ਜੀ ਰੋਡ, ਉੱਦਾਂ ਇਹ ਪਿੱਛੇ ਕਰਨ ਲੱਗ ਪਏ ਆ ਤਿਆਰੀ। ਇਹ ਮੂਹਰਲੇ ਸਾਲ 2021 ਦੀਆਂ ਗਰਮੀਆਂ ਤੱਕ ਨਹੀਂ ਲਿਖਿਆ ਵੀ ਕੰਪਲੀਟ ਕਰ ਦੇਵਾਂਗੇ ਸਾਰੇ। ਜਿੱਦਾਂ ਕੈਮਲੂਪ ਸ਼ਹਿਰ ਹੁੰਦਾ ਹੈ ਉੱਥੇ ਤੱਕ ਡਬਲ ਆ, BC ਤੋਂ ਲੈ ਕੇ ਕੈਮਲੂਪ ਤੋਂ ਲੈ ਕੇ ਇੱਧਰ ਕੈਲਗਰੀ ਤੱਕ ਜ਼ਿਆਦਾਤਰ ਸਿੰਗਲ ਹੀ ਆ, ਕਿਤੇ ਕਿਤੇ ਡਬਲ ਵੀ ਆਉਂਦਾ, ਉਹ ਸਾਰਾ ਇਹ ਨਹੀਂ ਹੁਣ ਮੂਹਰੇ ਡਬਲ ਕਰਨਾ ਹੈ। ਅਤੇ ਆ ਗਿਆ ਜੀ ਰੋਜਰ ਪਾਸ, ਰੋਜਰ ਪਾਸ ਦਾ ਏਰੀਆ, ਇਹਨੂੰ ਕਹਿੰਦੇ ਰੈਸਟ ਏਰੀਆ ਜਿਹਾ ਕਾਫੀ ਖੁੱਲ੍ਹਾ, ਇੱਥੇ ਬਣਾਇਆ ਜਾ। ਇੱਥੇ 70 ਦੀ ਸਪੀਡ ਨਹੀਂ ਕੀਤੀ ਉਹ ਆਈ, ਸਾਹਮਣੇ ਤਾਂ ਹੈ ਸਨੋ ਤਾਜ਼ੀ ਪਈ ਹੋ, ਪਹਾੜ ਚਿੱਟੇ ਹੋਏ ਪਏ ਦੁਬਾਰਾ, ਜਿਹੜੀ ਮਾੜਾ ਮੋਟੀ ਖੁਰੀ ਸੀਗੀ ਉਹ ਦੁਬਾਰਾ ਫਿਰ 19 ਕੁ ਪੈ ਗਈ ਲੱਗਦਾ। ਰੁਜਰ ਪਾਸ ਆ ਜੀ ਇਹਨੂੰ ਕਹਿੰਦੇ, ਇਹਦੀਆਂ ਇੱਥੇ ਤੋਪਾਂ ਜਿਹੀਆਂ ਰੱਖੀਆਂ ਪੁਰਾਣੀਆਂ ਮਿਲਟਰੀ ਦੀਆਂ, ਰੈਸਟ ਏਰੀਆ ਜਿਹਾ ਬਣਾਇਆ, ਜਿੱਦਾਂ ਥੋੜ੍ਹੀਆਂ ਕਾਰਾਂ ਖੜ੍ਹਨੇ ਨੂੰ ਜਾਂ ਪਿੱਛੇ ਜਿੱਥੇ ਸੀ ਉੱਥੇ ਟਰੱਕ ਖੜ੍ਹ ਜਾਂਦੇ ਆ ਜ਼ਿਆਦਾ। ਹੁਣ ਮੂਹਰੇ ਤੀਜਾ ਬ੍ਰੇਕ ਚੈੱਕ ਆਉਣਾ ਜੀ, ਫਿਰ ਤੀਜਾ ਬ੍ਰੇਕ ਚੈੱਕ ਤੋਂ ਬਾਅਦ ਫਿਰ ਮੂਹਰੇ ਰੈਬਲ ਸਟੋਕ ਸ਼ਹਿਰ ਹੁੰਦਾ ਆ। ਆ ਵੀ ਮੋੜ ਕਾਫੀ ਟੇਢਾ ਹੈ ਜੀ, ਇੱਥੋਂ 50 ਦੀ ਸਪੀਡ ਉਹਨੇ ਕੀਤੀ ਉਹ ਆ ਹਾਈਵੇ ਅਥੋਰਟੀ ਵਾਲਿਆਂ ਨੇ, ਕਾਫੀ ਇਹ ਟੇਢਾ ਟੇਢਾ ਮੋੜ ਕਾਫੀ ਦੂਰ ਜਾ ਕੇ ਫਿਰ ਦਿਸਦਾ ਜਿਹਾ ਹੁੰਦਾ। ਬੜੇ ਹਿਸਾਬ ਨਾਲ ਇੱਥੋਂ ਵੀ ਟਰੱਕ ਫਿਰ ਲੈ ਆਉਣਾ ਪੈਂਦਾ। ਗੋਰੇ ਲਾਉਂਦੇ ਆਪਣੇ ਬੁਲਟਾਂ ਦੇ ਉੱਤੇ ਗੇੜੀਆਂ, ਦੇਖ ਲਓ। ਸਿਆਲ ਦੇ ਵਿੱਚ ਬਹੁਤ ਫਿਰ ਜ਼ਿਆਦਾ ਚੱਕਰ ਪੈਂਦਾ ਇਸ ਰੋਡ 'ਤੇ, ਚੜ੍ਹਾਈ ਦੇ ਉੱਤੇ ਵੀ ਫਿਰ ਸਲਿੱਪ ਕੱਢ ਜਾਂਦੇ ਟਰੱਕ, ਔਖੇ ਹੁੰਦੇ ਆ ਉਹ ਥੱਲੇ ਟਾਇਰਾਂ ਦੇ ਨਾਲ ਮਿਹਨਤ ਹੋ ਕੇ ਹੋਰੇ ਤਰ੍ਹਾਂ ਦੀ ਬਣ ਜਾਂਦੀ ਹੈ, ਇੱਦਾਂ ਚਿੱਕੜ ਜਿਹਾ ਹੋ ਜਾਂਦਾ ਸਮੂਹ ਦਾ।
ਉਹਦੇ 'ਤੇ ਵੀ ਕੋਈ ਟਰੱਕ ਬੜਾ ਔਖਾ ਹੁੰਦਾ ਤਾਂ ਜਦੋਂ ਥੱਲੇ ਨੂੰ ਅਤਰਾਈ ਲੈ ਕੇ ਜਾਂਦੇ ਹਾਂ ਅਤਰਾਈ 'ਤੇ ਤਾਂ ਫਿਰ ਹੋਣਾ ਹੀ ਹੋਣਾ ਕਰਕੇ ਬੇਕਾਬੂ ਜਿਹਾ ਹੋ ਜਾਂਦਾ ਬਾਜ ਵੇਲੇ ਸਾਂਭੇ ਨਹੀਂ ਹੁੰਦਾ ਬੜਾ ਡੇਂਜਰਸ ਜਿਹਾ ਹੋ ਜਾਂਦਾ ਫਿਰ ਵੀਡੀਓ ਨੂੰ ਮੇਰਾ ਵੀਰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਸਾਰੇ ਜਾਣੇ ਮੇਰਾ ਵੀਰ ਅਤੇ ਹੋਰ ਵੀ ਇੱਦਾਂ ਦੀਆਂ ਵੀਡੀਓ ਅਸੀਂ ਅਪਲੋਡ ਕਰੀ ਜਾਣੀਆਂ ਜਲਦੀ ਜਲਦੀ ਜਿੱਦਾਂ ਵੀ ਬਣਾ ਕੇ ਆਪਣਾ ਸਾਰਾ ਰੂਟੀਨ ਜਿਹਾ ਵਧੀਆ ਵਧੀਆ ਵੀਡੀਓ ਫਿਰ ਅਪਲੋਡ ਕਰਾਂਗੇ ਚੈਨਲ ਦੇ ਉੱਤੇ ਅਤੇ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਹੈ ਅਤੇ ਕੰਮ ਹਾਲੇ ਸਟਾਰਟ ਹੀ ਕੀਤਾ ਅਤੇ ਹੌਲੀ ਹੌਲੀ ਐਕਸਪਰਟ ਹੋਵਾਂਗੇ ਹਾਲੇ ਕਾਫੀ ਕੁਝ ਸਿੱਖਣਾ ਆ ਅਤੇ ਤੁਹਾਡੇ ਸਾਰਿਆਂ ਦੇ ਸਾਥ ਨਾਲੇ ਆਪਾਂ ਨੂੰ ਚੈਨਲ ਨੂੰ ਇਹਨੂੰ ਬੁਲੰਦੀਆਂ 'ਤੇ ਲੈ ਕੇ ਜਾਣਾ ਜਦੋਂ ਪਿਛਲੇ ਸਾਲ ਮੈਂ ਸਟਾਰਟ ਹੋਇਆ ਸੀ ਡਰਾਈਵ ਇੱਧਰ ਨੂੰ ਕਰਨਾ ਸਟਾਰਟ ਕੀਤਾ ਅਤੇ ਉਦੋਂ ਮੈਂ ਗਰਮੀਆਂ 'ਚ ਲੱਗਾ ਸੀ ਤਾਂ ਗਰਮੀਆਂ 'ਚ ਮੈਂ ਸਟਾਰਟ ਕੀਤਾ ਅਤੇ ਮੈਂ ਕਿਹਾ ਵੀ ਕੋਈ ਚੱਕਰ ਨਹੀਂ ਐਡਾ ਹੈਗਾ ਵੀ ਠੀਕ ਹੈ ਯਾਰ ਰੋਡ 'ਤੇ ਜਾ ਕੇ ਤਾਂ ਵੀ ਨਹੀਂ ਔਖਾ ਵਾਲਾ ਹੈਗਾ ਪਰ ਜਦੋਂ ਫਿਰ ਸਿਆਲ ਦੇ ਵਿੱਚ ਸਨੋਹ ਦੇ ਵਿੱਚ ਚਲਾਉਣਾ ਪਿਆ ਫਿਰ ਤਾਂ ਪਤਾ ਲੱਗਾ ਵੀ ਹਾਂ ਵੀ ਇੰਨਾ ਸੌਖਾ ਵੀ ਨਹੀਂ ਹੈਗਾ ਅਤੇ ਬੜਾ ਰੱਖਣਾ ਪੈਂਦਾ ਖਿਆਲ ਸਭ ਕਾਸੇ ਦੇ ਰੋਡ 'ਤੇ ਵੀ ਮਸ਼ੀਨਰੀ ਵੀ ਕਾਬੂ 'ਚ ਰੱਖਣੀ ਪੈਂਦੀ ਆ ਆਪਣੇ ਆਲੇ ਦੁਆਲੇ ਲੰਘਣੇ ਵਾਲਿਆਂ ਦੇ ਵੀ ਥੋੜ੍ਹੇ ਉਹਨਾਂ ਨਾਲ ਵੀ ਤਾਲਮੇਲ ਜਿਹਾ ਬਣਾ ਕੇ ਰੱਖਣਾ ਪੈਂਦਾ ਆ ਅਤੇ ਬੰਦਾ ਹੌਲੀ ਹੌਲੀ ਫਿਰ ਸਿੱਖ ਜਾਂਦਾ ਆ ਰੋਜ਼ ਜਿੱਦਾਂ ਨਵਾਂ ਨਵਾਂ ਰੋਜ਼ ਨਵੇਂ ਦਿਨ ਨਵੀਆਂ ਚੀਜ਼ਾਂ ਨਾਲ ਤੁਹਾਡਾ ਵਾਹ ਪੈਂਦਾ ਆ ਅਤੇ ਤੁਸੀਂ ਫਿਰ ਨਵੀਆਂ ਚੀਜ਼ਾਂ ਸਿੱਖਦੇ ਜਾਂਦੇ ਆ ਹੌਲੀ ਹੌਲੀ ਪਹੁੰਚ ਗਏ ਜੀ ਆਪਾਂ ਚੌਥੇ ਬ੍ਰੇਕ ਚੱਕ 'ਤੇ ਬ੍ਰੇਕ ਚੱਕ ਦੀ ਕੰਸਟਰਕਸ਼ਨ ਇੱਥੇ ਚੱਲਦੀ ਇਹਨੂੰ ਵੱਡਾ ਬਣਾਉਣ ਲੱਗੇ ਹੋ ਆ ਸੋਰੀ ਤੀਜਾ ਬ੍ਰੇਕ ਚੱਕਿਆ ਜੀ ਇਹ ਚੌਥਾ ਅੱਗੇ ਆਉਣਾ ਹੈ ਤੀਜਾ ਬ੍ਰੇਕ ਚੱਕਿਆ ਅਤੇ ਹੁਣ ਬ੍ਰੇਕਾਂ ਹਵਾ ਹਵਾ ਹਨ ਪ੍ਰੈਸ਼ਰ ਪ੍ਰੁਸ਼ਰ ਚੈੱਕ ਕਰਕੇ ਫਿਰ ਤੁਰਾਂਗੇ ਆਪਾਂ